हेलो गाइस, वेलकम बैक टू माय चैनल। मेरा नाम है बलजीत सिंह। आज मैं तुहानू लुधियाना दिखावांगा। जदों दा कोरोना शुरू होया है उस तो बाद मैं दिल्ली तो बाहर नहीं गया, पर हुण बहुत लंबे समय बाद मैं दिल्ली तो बाहर निकलण लगा वां ते जा रहा वां मैं लुधियाने। वैसे मैं लुधियाने ना कई बार आया, बड़ी बार आया होवांगा, कोई गिनती नहीं है किन्नी क बार आया होवांगा। पर जदों भी मैं इत्थे आउंदा सी ना, मैनू यही फील आउंदी सी कि जिवें मैं दिल्ली दे विच घूमदा पिया वां। जिवें उत्थे मिट्टी घट्टा है, उत्थे खिचड़ पिचड़ है, उत्थे पॉल्यूशन है, वो सारियां दियां सारियां चीज़ां मैनू इत्थे भी वेखण वास्ते मिलदियां सन। ते इत्थे आ के मैनू कोई बहुती ज़्यादा खुशी नहीं सी हुंदी, पर इस वार जदों मैं इत्थे आया वा ना, ते इत्थे आ के जदों मैं व्यू वेखिया इत्थे दा, लुधियाने दे विच ही एक जगह है राजगढ़ एस्टेट्स, इत्थे मैं रुकिया होया वा। ते जदों मैं इत्थे आ के टेरिस दे उपर चढ़ के जदों मैं व्यू वेखिया, ते व्यू वेख के मैं हैरान हो गया। ते मैं कहा चलो तुहानू भी ये वाला व्यू जड़ा है वो विखाया जावे। आ तुसीं जगह वेख सकते हो, बड़ी शानदार जगह हैगी है। ते ये केवल एक पासे ही नहीं है, तुहानू मैं दूजे पासे भी विखाना। जदों आपां दूजे पासे चलदे हाँ ना, तो उत्थे भी इहो जिहा ही व्यू वेखण वास्ते मिलता है। तुहानू मैं दूजे पासे विखाना, दूजे पासे का व्यू भी बड़ा प्यारा है। इस टाइम मैं टेरिस के उत्ते हाँ, तो ये हैगी है जी 12वीं मंजिल। 12वीं मंजिल के उत्ते अज मैं हैगा, तो आओ तुहानू मैं विखाना दूजे पासे का व्यू। आ तुसीं वेखदे चलियो, इधर भी बड़ा कमाल का व्यू है। नाले बंदा टेरिस के उत्ते चढ़िया होवे तो व्यू जिहड़ा वो वैसे ही बड़ा सोहना लगता है। ਮੈਂ ਦੁਪਹਿਰੇ ਵੀ ਇੱਥੇ ਆਇਆ ਸੀਗਾ, ਤੇ ਆ ਪਾਣੀ ਦੁਪਹਿਰੇ ਵੀ ਇੱਥੇ ਚੋਈ ਜਾਂਦਾ ਸੀਗਾ ਤੇ ਹੁਣ ਵੀ ਚੋਈ ਜਾਂਦਾ। ਇਹ ਉੱਤੋਂ ਦੀ ਡਿੱਗਦਾ ਪਿਆ, ਪਤਾ ਨਹੀਂ ਆ ਕਿੱਥੋਂ ਦੀ ਰਿਹਾ, ਸਮਝ ਨਹੀਂ ਆ ਰਿਹਾ। ਆ ਵੇਖੋ ਇੱਥੋਂ ਡਿੱਗੀ ਜਾਂਦਾ ਹੈ, ਉੱਤੇ ਬਿਜਲੀ ਦੀਆਂ ਤਾਰਾਂ ਵੀ ਹੈਗੀਆਂ ਨੇ, ਤੇ ਇੱਥੋਂ ਦੀ ਇਹ ਪਾਣੀ ਡਿੱਗੀ ਜਾਂਦਾ ਤੇ ਚਿੱਕੜ ਇੱਥੇ ਹੋਈ ਜਾਂਦਾ। ਇਹ ਕਦੋਂ ਦਾ ਡਿੱਗੀ ਜਾ ਰਿਹਾ ਇੱਥੇ, ਤੇ ਪਤਾ ਨਹੀਂ ਆ ਕਿੱਥੋਂ ਰਿਹਾ। ਉਹ ਕੈਮਰਾ ਨਾ ਗਿੱਲਾ ਹੋ ਜਾਵੇ ਭਾਈ, ਠੀਕ ਹੈ। ਅਤੇ ਇੱਕ ਪੌੜੀ ਜਿਹੜੀ ਹੈ ਉਹ ਲੱਗੀ ਹੋਈ ਹੈ ਇੱਥੇ, ਅਤੇ ਉੱਪਰ ਜਾਂਦੀ ਹੈ, ਪਰ ਪੌੜੀ ਜਿਹੜੀ ਹੈ ਨਾ ਜੰਗ ਖਾਧੀ ਹੋਈ ਹੈ। ਜੇ ਇਸ ਪੌੜੀ ਵਾਲਾ ਪੰਗਾ ਲੈ ਲਿਆ ਤਾਂ ਕਿਤੇ ਟੋਟੀ ਨਾ ਜਾਵੇ, ਮੰਨ ਲਓ ਉੱਤੇ ਚੜ੍ਹਨ ਲੱਗੀ ਹੈ ਅਤੇ ਪੌੜੀ ਜਿਹੜੀ ਹੈ ਉਹ ਖਸਤਾ ਜੀ ਨਾ ਹੋਵੇ, ਕਿਤੇ ਟੋਟੀ ਨਾ ਜਾਵੇ, ਇਸ ਕਰਕੇ ਰਹਿਣ ਹੀ ਦਈਏ। ਅਤੇ ਆਪਾਂ ਚੱਲੀਏ ਹੁਣ ਥੱਲੇ, ਥੱਲੇ ਚੱਲਦੇ ਹਾਂ। ਪਹਿਲਾਂ ਇਹ ਬੂਹਾ ਬੰਦ ਕਰ ਦਈਏ। ਪਹਿਲਾਂ ਜਦੋਂ ਅਸੀਂ ਆਏ ਸੀਗੇ ਤਾਂ ਬੂਹਾ ਨਾ ਬੰਦ ਸੀਗਾ, ਮੇਰੇ ਨਾਲ ਇੱਕ ਹੋਰ ਵੀਰ ਵੀ ਸੀਗਾ, ਉਹ ਚਲਿਆ ਗਿਆ। ਅਤੇ ਆਪਾਂ ਬੂਹਾ ਬੰਦ ਕਰਕੇ ਚੱਲਦੇ ਹਾਂ ਥੱਲੇ। ਮੈਂ ਹੈਗਾ ਇਸ ਟਾਈਮ 11ਵੀਂ ਮੰਜ਼ਿਲ 'ਤੇ, ਅਤੇ ਮੈਂ ਸੋਚ ਰਿਹਾ ਕਿ ਲਿਫਟ ਕਰਕੇ ਥੱਲੇ ਜਾਵਾਂ, ਪਰ ਇੱਕ ਖਿਆਲ ਮੇਰੇ ਮਨ ਦੇ ਵਿੱਚ ਇਹ ਵੀ ਆ ਰਿਹਾ ਕਿ ਉਹਨਾਂ ਪੌੜੀਆਂ ਦੀ ਵਰਤੋਂ ਕੀਤੀ ਜਾਵੇ, ਲਿਫਟ ਜਿਹੜੀ ਹੈ ਉਹ ਰਹਿਣ ਦਈਏ। ਸੋ ਮੇਰੇ ਸਾਹਮਣੇ ਲਿਫਟ ਹੈਗੀ ਤਾਂ ਸੀ, ਪਰ ਇਹਦੀ ਹੁਣ ਮੈਂ ਵਰਤੋਂ ਕਰਨੀ ਨਹੀਂ। ਆਪਾਂ ਚੱਲਦੇ ਹਾਂ ਪੌੜੀਆਂ ਤੋਂ ਅਤੇ ਵੇਖਦੇ ਹਾਂ ਕੀ ਬਣਦਾ ਹੈ। ਚਲੋ ਜੀ, 11ਵੀਂ ਮੰਜ਼ਿਲ ਤੋਂ ਥੱਲੇ ਆਉਣ ਲੱਗਿਆਂ ਮੈਨੂੰ ਲੱਗ ਗਏ ਕੇਵਲ 2 ਮਿੰਟ। 2 ਮਿੰਟ ਦੇ ਵਿੱਚ ਮੈਂ ਉੱਤੋਂ ਹੀ ਥੱਲੇ ਆ ਗਿਆ। ਵੈਸੇ ਮੈਂ ਸਲੋ ਆਇਆ ਕਿਉਂਕਿ ਕੈਮਰਾ ਫੜਿਆ ਹੋਇਆ ਸੀਗਾ ਹੱਥ ਦੇ ਵਿੱਚ, ਅਤੇ ਇੰਨਾ ਟਾਈਮ ਲੱਗ ਗਿਆ। ਹਾਂਜੀ ਭਈਆ ਜੀ, ਲਿਆ ਸਬਜ਼ੀ? ਠੀਕ ਹੈ ਜੀ। ਇਹ ਜੀ ਜਿੱਥੇ ਅਸੀਂ ਰੁਕੇ ਹੋਏ ਹਾਂ ਨਾ, ਉੱਥੇ ਇਹ ਖਾਣਾ ਬਣਾਉਂਦਾ। ਖਾਣਾ ਵਾਕਈ ਬੜਾ ਸਵਾਦ ਬਣਾਉਂਦਾ। ਇਹਨੇ ਆਲੂ ਦੇ ਪਰੌਂਠੇ ਬਣਾਏ ਸੀਗੇ ਸਵੇਰੇ, ਅਤੇ ਵਧੀਆ ਬਣਾਏ ਸੀਗੇ। ਇਹ ਨੇ ਜੀ ਉਹ ਫਲੈਟ ਜਿੱਥੇ ਅਸੀਂ ਰੁਕੇ ਹੋਏ ਹਾਂ, ਇੰਨੇ ਸਾਰਿਆਂ ਦੇ ਵਿੱਚ ਨਹੀਂ ਰੁਕੇ, ਕਿਸੇ ਇੱਕ ਫਲੈਟ ਦੇ ਵਿੱਚ ਰੁਕੇ ਹੋਏ ਹਾਂ। ਛੋਟੇ ਛੋਟੇ ਫਲੈਟ ਨੇ ਪਰ ਵਧੀਆ ਨੇ। ਮੈਂ ਕਿਹਾ ਸ਼ਾਮ ਦਾ ਟਾਈਮ ਹੈ, ਚਲੋ ਥੱਲੇ ਘੁੰਮ ਕੇ ਆਈਏ ਜਰਾ ਕੁ ਜਾ ਕੇ, ਅਤੇ ਨਾਲੇ ਤੁਹਾਨੂੰ ਦਿਖਾਈਏ
ਇੱਥੇ ਹੋਰ ਕੀ ਕੁਝ ਹੈਗਾ? ਉਹ ਜਿੱਥੇ ਮੈਂ ਉੱਪਰ ਚੜ੍ਹਿਆ ਹੋਇਆ ਸੀ ਨਾ, ਉਹ ਦੇਖੋ ਉਹ ਸਭ ਤੋਂ ਉੱਤੇ ਟੈਰਿਸ, ਉੱਥੇ ਮੈਂ ਚੜ੍ਹਿਆ ਹੋਇਆ ਸੀ ਉੱਤੇ, ਜਿੱਥੋਂ ਤੁਹਾਨੂੰ ਮੈਂ ਪਹਿਲਾਂ ਵਿਊ ਵਿਖਾਇਆ ਸੀਗਾ।